ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਹੁਣ ਆਪਾਂ ਮੈਂਟਲ ਐਬਿਲਿਟੀ ਦੇ ਵਿੱਚ ਇੱਕ ਸੈੱਟ ਤੁਹਾਨੂੰ ਮਿਰਰ ਇਮੇਜ ਦਾ ਆਊਗਾ, ਉਹਦੇ 4 ਜਾਂ 5 ਸਵਾਲ ਹੋਣਗੇ। ਤਾਂ ਮਿਰਰ ਇਮੇਜ ਦੇ ਵਿੱਚ ਬੇਟਾ ਇਸ ਤਰ੍ਹਾਂ ਦੀ ਆਕ੍ਰਿਤੀ ਹੈ ਜਿਹੜੀ ਦਿੱਤੀ ਹੋਊਗੀ, ਇਹਦੇ ਇੱਕ ਸਾਈਡ ਦੇ ਉੱਤੇ ਇੱਕ ਰੇਖਾ ਖਿੱਚੀ ਹੋ, ਉਹਦੇ 'ਤੇ ਤਿਰਛੀਆਂ ਲਾਈਨਾਂ ਮਾਰੀਆਂ ਹੋਣਗੀਆਂ। ਤਾਂ ਤਿਰਛੀਆਂ ਲਾਈਨਾਂ ਦਾ ਮਤਲਬ ਹੈ ਬੇਟਾ ਜਿਹੜੇ ਪਾਸੇ ਇਹ ਤਿਰਛੀਆਂ ਲਾਈਨਾਂ ਹੈਗੀਆਂ ਉਸ ਪਾਸੇ ਨੂੰ ਮਿਰਰ ਰੱਖਣਾ ਆ, ਠੀਕ ਹੈ? ਜਿਸ ਤਰ੍ਹਾਂ ਮੇਰੇ ਕੋਲ ਇੱਕ ਬੱਚਾ ਸੀ, ਉਹ ਛੋਟਾ ਜਿਹਾ ਛੱਲਾ ਲੈ ਕੇ ਆਇਆ ਸੀ, ਉਹਦੇ ਛੱਲੇ ਦੇ ਵਿੱਚ ਮਿਰਰ ਸੀਗਾ, ਠੀਕ ਹੈ? ਤਾਂ ਜੇਕਰ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦਾ ਛੱਲਾ ਅਵੇਲੇਬਲ ਹੈਗਾ ਤਾਂ ਮਿਰਰ ਨੂੰ ਬੇਟਾ ਇੱਥੇ ਰੱਖਣਾ ਜਿੱਥੇ ਆਹ ਤਿਰਛੀਆਂ ਲਾਈਨਾਂ ਉਹਦੀ ਸੇਧ ਦੇ ਵਿੱਚ ਰੱਖ ਕੇ ਅਤੇ ਮਿਰਰ ਦੇ ਵਿੱਚ ਤੁਸੀਂ ਇੱਥੇ ਦੇਖ ਲੈਣਾ। ਆਹ ਦੇਖੋ ਬੇਟਾ, ਮੇਰੇ ਮਿਰਰ ਦੇ ਵਿੱਚ ਇਮੇਜ ਬਣਦੀ ਪਈ ਹੈ ਨਾ, ਦਿਖਦੀ ਪਈ ਹੈ ਤੁਹਾਨੂੰ, ਠੀਕ ਹੈ? ਬਸ ਇੱਥੇ ਮਿਰਰ ਲਾ ਕੇ ਬੇਟਾ ਤੁਸੀਂ ਧਿਆਨ ਦੇ ਨਾਲ ਦੇਖ ਲੈਣਾ ਵੀ ਕੀ ਆਕ੍ਰਿਤੀ ਬਣਦੀ ਪਈ ਹੈ। ਮਿਰਰ ਦੇ ਵਿੱਚ ਪਾਸਵੀਂ ਉਲਟਾ ਪ੍ਰਤੀਬਿੰਬ ਆ ਜਿਹੜਾ ਉਹ ਬਣਦਾ ਆ, ਠੀਕ ਹੈ ਬੇਟਾ? ਮਤਲਬ ਪਾਸੇ ਉਲਟ ਜਾਂਦੇ ਆ, ਠੀਕ ਹੈ? ਤਾਂ ਇੱਥੋਂ ਵੀ ਤੁਹਾਨੂੰ ਪਤਾ ਲੱਗ ਜੂਗਾ। ਤਾਂ ਬੇਟਾ ਆਹ ਆਕ੍ਰਿਤੀ ਜਦੋਂ ਅਸੀਂ ਨੋਟ ਕਰ ਲਵਾਂਗੇ ਤਾਂ ਦੂਜੇ ਪਾਸੇ ਸਾਡੇ ਸਾਹਮਣੇ ਹੋਣਗੀਆਂ ਆਕ੍ਰਿਤੀਆਂ, ਫਿਰ ਅਸੀਂ ਇੱਥੇ ਦੇਖ ਲਵਾਂਗੇ। ਤਾਂ ਆਹ ਦੇਖੋ ਡੀ ਆਕ੍ਰਿਤੀ ਆ ਜਿਹੜੀ, ਡੀ ਆਕ੍ਰਿਤੀ ਬਿਲਕੁਲ ਜਿਹੜੀ ਸਾਡੀ ਮਿਰਰ ਦੇ ਵਿੱਚ ਇਮੇਜ ਬਣਦੀ ਪਈ ਸੀ ਉਹਦੇ ਨਾਲ ਦੀ ਹੀ ਬਣੀ ਹੋਈ ਹੈਗੀ ਹੈ। ਤਾਂ ਬੇਟਾ ਇਸ ਤਰ੍ਹਾਂ ਵੀ ਸਾਨੂੰ ਆਈਡੀਆ ਹੋ ਜਾਂਦਾ ਪਾਸਵੀਂ ਉਲਟਾ ਪ੍ਰਤੀਬਿੰਬ ਬਣਦਾ, ਜਿਸ ਤਰ੍ਹਾਂ ਜਦੋਂ ਤੁਸੀਂ ਸ਼ੀਸ਼ੇ ਸਾਹਮਣੇ ਖੜਦੇ ਆ, ਜੇ ਤੁਸੀਂ ਸੱਜੀ ਅੱਖ ਬੰਦ ਕਰੋਗੇ ਤਾਂ ਸਾਹਮਣੇ ਜਿਹੜੀ ਇਮੇਜ ਆ ਉਹਦੀ ਖੱਬੀ ਅੱਖ ਬੰਦ ਹੁੰਦੀ ਹੈ, ਜੇ ਤੁਸੀਂ ਸੱਜਾ ਹੱਥ ਹਿਲਾਓਗੇ ਤੁਹਾਡੀ ਜਿਹੜੀ ਇਮੇਜ ਆ ਸਾਹਮਣੇ ਉਹ ਖੱਬਾ ਹੱਥ ਹਿਲਾਊਗੀ। ਕਹਿਣ ਦਾ ਮਤਲਬ ਪਾਸਵੀਂ ਉਲਟਾ ਪ੍ਰਤੀਬਿੰਬ ਬਣਦਾ। ਅਤੇ ਇਸ ਤਰ੍ਹਾਂ ਕਰਕੇ ਮਿਰਰ ਇਮੇਜ ਦਾ ਅਸੀਂ ਸਵਾਲ ਨੂੰ ਹੱਲ ਕਰ ਸਕਦੇ ਹਾਂ, ਠੀਕ ਹੈ ਬੇਟਾ? ਇਹ ਸੀਗਾ 2021 ਦਾ ਪਹਿਲਾ ਸਵਾਲ ਸੀਗਾ। ਇਹ ਗੱਲ ਚੇਤੇ ਰੱਖਣੀ, ਮਿਰਰ ਉੱਥੇ ਰੱਖਣਾ ਜੇ ਇਸ ਪਾਸੇ ਹੋ ਸਕਦਾ ਬੇਟਾ, ਸਾਰੇ ਸਾਲਾਂ 'ਚ ਉਹਨਾਂ ਨੇ ਇੱਥੇ ਲਾਈਨ ਮਾਰੀ ਹੈ ਤਾਂ ਥੱਲੇ ਵੀ ਲਾਈਨ ਦਿੱਤੀ ਹੋ ਸਕਦੀ ਹੈ। ਜੇ ਆਹ ਲਾਈਨ ਥੱਲੇ ਦਿੱਤੀ ਫਿਰ ਤੁਸੀਂ ਇਮੇਜ ਇੱਥੇ ਉੱਥੇ ਲਾ ਲੈਣਾ ਸ਼ੀਸ਼ਾ, ਠੀਕ ਹੈ ਬੇਟਾ? ਸ਼ੀਸ਼ਾ ਉੱਥੇ ਹੀ ਲਗਾ ਕੇ ਦੇਖਣਾ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਨੈਕਸਟ ਸਵਾਲ ਆ ਗਿਆ, ਆਹ ਲਿਖਿਆ ਹੋਇਆ BEND ਬੈਂਡ। ਤਾਂ ਇਹਦੇ ਵਿੱਚ ਅਸੀਂ ਦੇਖਣਾ ਬੇਟਾ ਮਿਰਰ ਕਿੱਥੇ ਲਗਾ ਕੇ ਅਸੀਂ ਦੇਖਾਂਗੇ ਛਵੀ ਨੂੰ, ਜਿੱਥੇ ਆਹ ਲਾਈਨ 'ਤੇ ਤਿਰਛੀਆਂ ਲਾਈਨਾਂ ਬਣੀਆਂ ਹੋਈਆਂ ਆ, ਅਸੀਂ ਇੱਥੇ ਲਾ ਕੇ ਅਤੇ ਇੱਥੇ ਲਾ ਕੇ ਆਹ ਦੇਖੋ ਬੇਟਾ ਆਹ ਬਣ ਗਿਆ ਨਾ, ਸਾਨੂੰ ਛਵੀ ਦਿਖਦੀ ਪਈ ਹੈ ਸ਼ੀਸ਼ੇ ਦੇ ਵਿੱਚ। ਤਾਂ ਬੇਟਾ ਇਹ ਜਿਹੜੀ ਛਵੀ ਸ਼ੀਸ਼ੇ ਦੇ ਵਿੱਚ ਦਿਖਦੀ ਪਈ ਹੈ ਬਿਲਕੁਲ ਇਹੀ ਸਾਡਾ ਉੱਤਰ ਬਣਦਾ ਆ, ਠੀਕ ਹੈ? ਇਹਦੇ ਲਈ ਪੋਸੀਬਿਲਟੀ ਹੋ ਸਕਦਾ ਤੁਹਾਡੇ ਕੋਲ ਛੋਟਾ ਮਿਰਰ ਹੋਵੇ ਤਾਂ ਉਹਦੀ ਹੈਲਪ ਲੈ ਕੇ ਤੁਸੀਂ ਦੇਖ ਸਕਦੇ ਆ, ਠੀਕ ਹੈ ਬੇਟਾ? ਤਾਂ ਜਦੋਂ ਆਪਾਂ ਇਹਨੂੰ ਦੇਖਦੇ ਹਾਂ ਇੱਥੋਂ ਦੇਖ ਕੇ ਛਵੀ ਸਾਨੂੰ ਪਤਾ ਲੱਗ ਜਾਣਾ ਤਾਂ ਚਾਰੇ ਆਂਸਰ ਸਾਡੇ ਸਾਹਮਣੇ ਹੋਣਗੇ, ਇੱਥੋਂ ਸਾਨੂੰ ਆਈਡੀਆ ਹੋ ਜੂਗਾ। ਤਾਂ ਬੇਟਾ ਆਹ ਦੇਖੋ ਇੱਧਰਲੇ ਪਾਸੇ ਇਹ ਆਂਸਰ ਆ ਜਿਹੜਾ ਇਹਦਾ ਬਣਦਾ ਪਿਆ ਹੈ, ਬਿਲਕੁਲ ਉਦਾਂ ਦੀ ਇਮੇਜ ਬਣਦੀ ਪਈ ਹੈ ਨਾ ਜਿਹੜੀ ਅਸੀਂ ਮਿਰਰ ਦੇ ਵਿੱਚ ਦੇਖੀ ਸੀਗੀ, ਠੀਕ ਹੈ ਬੇਟਾ? ਇਹ ਸੀਗਾ ਸਵਾਲ, 21 ਨੰਬਰ ਪੇਪਰ ਦਾ 2 ਨੰਬਰ ਸਵਾਲ ਸੀ ਇਹਦੇ ਨਾਲ ਰਿਲੇਟਡ, ਮਿਰਰ ਇਮੇਜ ਦੇ ਨਾਲ ਰਿਲੇਟਡ। ਹੁਣ ਬੇਟਾ ਆ ਗਿਆ 3 ਨੰਬਰ ਸਵਾਲ, ਠੀਕ ਹੈ? ਤਾਂ ਇਹਦੇ ਵਿੱਚ ਵੀ ਬੇਟਾ ਮਿਰਰ ਤੁਸੀਂ ਫਿਰ ਧਿਆਨ ਰੱਖਣਾ, ਮਿਰਰ ਉੱਥੇ ਲਗਾਉਣਾ, ਆਹ ਮਿਰਰ ਆ ਬੇਟਾ ਸ਼ੀਸ਼ਾ ਆ, ਮਿਰਰ ਉੱਥੇ ਲਗਾਉਣਾ ਜਿੱਥੇ ਆ ਬਣੀਆਂ ਹੋਈਆਂ ਲਾਈਨਾਂ, ਠੀਕ ਹੈ? ਮਿਰਰ ਉੱਥੇ ਲਗਾ ਕੇ ਤੁਸੀਂ ਬੇਟਾ ਇੱਥੋਂ ਇਸ ਮਿਰਰ ਦੇ ਵਿੱਚ ਦੇਖ ਲੈਣਾ ਕਿੱਦਾਂ ਦੀ ਛਵੀ ਹੈ ਜਿਹੜੀ ਬਣਦੀ ਪਈ ਆ, ਕਿੱਦਾਂ ਦੀ ਆਕ੍ਰਿਤੀ ਬਣਦੀ ਆ। ਮੇਰਾ ਖਿਆਲ ਹੈ ਤੁਹਾਨੂੰ ਹੁਣ ਮਿਰਰ ਦੇ ਵਿੱਚ ਉਹਦੀ ਆਕ੍ਰਿਤੀ ਦਿਖਦੀ ਪਈ ਹੈ ਨਾ, ਤਾਂ ਬਿਲਕੁਲ ਇਹੀ ਆਕ੍ਰਿਤੀ ਹੈ ਜਿਹੜੀ ਉੱਤਰ ਹੋਊਗਾ, ਠੀਕ ਹੈ? ਫਿਰ ਸੁਣ ਲਓ ਪਾਸਵੀਂ ਉਲਟਾ ਪ੍ਰਤੀਬਿੰਬ ਬਣਦਾ ਜੇ ਤੁਹਾਡੇ ਦਿਮਾਗ 'ਚ ਸੈੱਟ ਹੁੰਦਾ, ਠੀਕ ਆ? ਨਹੀਂ ਸੈੱਟ ਹੁੰਦਾ ਤਾਂ ਛੋਟਾ ਜਿਹਾ ਮਿਰਰ ਤੁਹਾਡੇ ਕੋਲ ਸ਼ੀਸ਼ੇ ਵਾਲਾ ਛੱਲਾ ਵਗੈਰਾ ਹੋ ਸਕਦਾ, ਕਈ ਬੱਚਿਆਂ ਦੇ ਸਾਈਕਲਾਂ ਦੇ ਜਿਹੜੇ ਚਾਬੀਆਂ ਦੇ ਨਾਲ ਉਹ ਛੱਲਾ ਲੱਗਾ ਹੁੰਦਾ ਤਾਂ ਉਹਦੀ ਹੈਲਪ ਲਈ ਜਾ ਸਕਦੀ ਹੈ, ਠੀਕ ਹੈ ਬੇਟਾ?
ਤਾਂ ਆਹ ਬੇਟਾ ਆਹ ਆਕਿਰਤੀ ਦਿਖ ਰਹੀ ਹੈ ਨਾ ਤੁਹਾਨੂੰ, ਠੀਕ ਹੈ, ਇੱਥੋਂ ਦੇਖ ਕੇ ਤੁਹਾਨੂੰ ਆਈਡੀਆ ਹੋ ਜਾਣਾ ਵੀ ਆਹ ਇਦਾਂ ਦੀ ਆਕਿਰਤੀ ਹੈ ਜਿਹੜੀ ਬਣੂਗੀ ਮਿਰਰ ਦੇ ਵਿੱਚ, ਪਾਸਵੀਂ ਉਲਟਾ ਪ੍ਰਤੀਬਿੰਬ ਬਣਦਾ ਪਿਆ। ਤਾਂ ਆਹ ਬੇਟਾ ਸੀ ਪਾਰਟ ਆ ਜਿਹੜਾ, ਦੇਖੋ ਬਿਲਕੁਲ ਉਸੇ ਤਰ੍ਹਾਂ ਨਾ ਜਿਹੜਾ ਮਿਰਰ ਦੇ ਵਿੱਚ ਸੀਗਾ, ਠੀਕ ਹੈ ਬੇਟਾ। ਅਤੇ ਇਹਦੇ ਨਾਲ ਹੀ 2021 ਦਾ ਬੇਟਾ, 2021 'ਚ ਜਿਹੜਾ ਪੇਪਰ ਆਇਆ ਸੀ ਉਹਦਾ ਲਾਸਟ ਸਵਾਲ ਆ ਗਿਆ, ਉਹਦੇ ਵਿੱਚ ਵੀ ਬੇਟਾ ਅਸੀਂ ਮਿਰਰ ਕਿੱਥੇ ਲਗਾਉਣਾ, ਜਿੱਥੇ ਆ ਲਾਈਨ ਅਤੇ ਤਿਰਛੀਆਂ ਲਾਈਨਾਂ ਲੱਗੀਆਂ ਹੋਈਆਂ ਇੱਥੇ ਮਿਰਰ ਲਗਾ ਕੇ ਆ ਲਓ ਬੇਟਾ, ਤੁਹਾਨੂੰ ਕਲੀਅਰ ਹੁੰਦਾ ਪਿਆ ਨਾ, ਦਿਖਦਾ ਪਿਆ ਕਿੱਦਾਂ ਦੀ ਛਵੀ ਬਣਦੀ ਪਈ ਹੈ। ਬਸ ਇੱਥੋਂ ਆਈਡੀਆ ਲੈ ਲੈਣਾ ਇਹ ਜਿਹੜੀ ਛਵੀ ਸ਼ੀਸ਼ੇ ਦੇ ਵਿੱਚ ਬਣਦੀ ਪਈ ਆ ਉਹੀ ਸਾਡਾ ਉੱਤਰ ਹੈਗਾ ਆ। ਫਿਰ ਸੁਣ ਲਓ ਬੇਟਾ, ਸਾਈਕਲਾਂ ਦੇ ਛੱਲੇ ਦੇ ਵਿੱਚ ਆਮ ਹੀ ਛੋਟੇ ਮਿਰਰ ਲੱਗੇ ਹੁੰਦੇ ਆ, ਉੱਥੋਂ ਵੀ ਅਸੀਂ ਹੈਲਪ ਲੈ ਸਕਦੇ ਹਾਂ, ਠੀਕ ਹੈ ਬੇਟਾ। ਤਾਂ ਇਹ ਛਵੀ ਦੇਖ ਕੇ ਫਿਰ ਬੇਟਾ ਆਪਾਂ ਦੇਖਦੇ ਹਾਂ ਉੱਤਰ ਵਾਲੀਆਂ ਛਵੀਆਂ ਦੇਖਦੇ ਹਾਂ। ਛਵੀ ਆ ਗਈ ਨਾ ਦਿਮਾਗ ਦੇ ਵਿੱਚ ਸ਼ੀਸ਼ੇ ਦੇ ਵਿੱਚ ਦੇਖ ਕੇ ਵੀ ਇਸ ਤਰ੍ਹਾਂ ਦੀ ਛਵੀ ਉੱਤਰ ਆ ਜਿਹੜੀ ਸ਼ੀਸ਼ੇ ਦੇ ਵਿੱਚ ਬਣਦੀ ਪਈ ਆ। ਤਾਂ ਬੇਟਾ ਇਹ ਛਵੀ ਆ ਜਿਹੜੀ, ਆ ਦੇਖੋ ਇਹ ਛਵੀ ਬਿਲਕੁਲ ਆਹੀ ਬਣਦੀ ਪਈ ਸੀ ਨਾ ਸਾਡੇ ਕੋਲ ਸ਼ੀਸ਼ੇ ਦੇ ਵਿੱਚ, ਤਾਂ ਇਹੀ ਸਾਡਾ ਜਿਹੜਾ ਰਾਈਟ ਆਂਸਰ ਹੈਗਾ ਆ। ਤਾਂ ਬੇਟਾ ਜਿੱਦਾਂ ਦਾ ਮਰਜ਼ੀ ਸਵਾਲ ਆ ਜਾਵੇ, ਬਸ ਤੁਸੀਂ ਆਹ ਧਿਆਨ ਰੱਖਣਾ ਸ਼ੀਸ਼ਾ ਮਿਰਰ ਉੱਥੇ ਲਗਾਉਣਾ ਜਿੱਥੇ ਆਹ ਲਾਈਨ ਇਸ ਤਰ੍ਹਾਂ ਕਰਕੇ ਅਤੇ ਸਾਰੀਆਂ ਲਾਈਨਾਂ ਇੱਧਰ ਨੂੰ, ਇਹ ਥੱਲੇ ਵੀ ਬਣਿਆ ਹੋ ਸਕਦਾ, ਹਾਲੇ ਤੱਕ ਕਿਸੇ ਵੀ ਸਾਲ 'ਚ ਉਹਨੇ ਥੱਲੇ ਨਹੀਂ ਬਣਾਈ ਇਹ ਲਾਈਨ। ਜੇ ਥੱਲੇ ਬਣਿਆ ਹੋਇਆ ਫਿਰ ਤੁਸੀਂ ਸ਼ੀਸ਼ਾ ਇੱਥੇ ਲਗਾ ਕੇ ਦੇਖ ਲੈਣਾ ਥੱਲੇ ਲਗਾ ਕੇ, ਠੀਕ ਹੈ ਬੇਟਾ। ਤਾਂ ਇਹਦੇ ਨਾਲ ਹੀ ਬੇਟਾ ਇਹ ਟੌਪਿਕ ਆਪਣਾ ਕੰਪਲੀਟ ਹੁੰਦਾ। ਮੇਰਾ ਖਿਆਲ ਹੈ ਮਿਰਰ ਇਮੇਜ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ, ਅਤੇ ਤੁਸੀਂ ਹੁਣ ਉਹਦੇ ਛੱਲੇ ਦੀ ਹੈਲਪ ਦੇ ਨਾਲ ਵੀ ਇਹਦਾ ਹੈਲਪ ਆ ਜਿਹੜੀ ਲੈ ਸਕਦੇ ਹਾਂ। ਸੋ ਠੀਕ ਹੈ ਬੇਟਾ, ਤਾਂ ਇਹਦੇ ਨਾਲ ਹੀ ਇਹ ਜਿਹੜਾ ਹੈਗਾ ਟੌਪਿਕ ਸਾਡਾ ਕੰਪਲੀਟ ਹੁੰਦਾ। ਵੈਸੇ ਮੇਰੀ ਪਹਿਲਾਂ ਵੀਡੀਓ ਬਣਾਈ ਸੀ ਪਰ ਮੈਂ ਤੁਹਾਨੂੰ ਇਹ ਗੱਲਾਂ ਕਲੀਅਰ ਕਰਨੀਆਂ ਸੀ, ਅਤੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।